ਸਾਹਨੇਵਾਲ ਵਿੱਚ ਸਾਹਨੇਵਾਲ ਦੇ ਬਣੇ ਮੇਨ ਗੇਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜੋ ਕਿ ਆਉਣ ਵਾਲੇ ਤਕਰੀਬਨ 1 ਮਹੀਨੇ ਇਸੇ ਤਰ੍ਹਾਂ ਹੀ ਨਵੀਂ ਗੇਟ ਦੀ ਉਸਾਰੀ ਦਾ ਕੰਮ ਜਾਰੀ ਰਹੇਗਾ। ਦੱਸਣਯੋਗ ਗੱਲ ਇਹ ਹੈ ਕਿ ਜੋ ਕਿ ਡੇਲੋ ਤੋਂ ਆ ਰਹੀ ਆਵਾਜਾਈ ਡੇਲੋ ਰੋਡ ਤੇ ਸੂਏ ਦੇ ਕੋਲ ਜੀਟੀ ਰੋਡ ਤੇ ਆਵਾਜਾਈ ਹੋਏਗੀ। ਗੱਲ ਕਰਦੇ ਦੱਸੇ ਕਿ 1 ਮਹੀਨੇ ਵਿੱਚ ਨਵਾਂ ਗੇਟ ਬਣ ਕੇ ਤਿਆਰ ਕੀਤਾ ਜਾਏਗਾ। ਮੌਕੇ ਤੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ, ਆਓ ਵੇਖਦੇ ਹਾਂ ਕੀ ਕਿਹਾ ਉਹਨਾਂ ਨੇ। ਕੀ ਨਾਮ ਤੁਹਾਡਾ? ਰਾਹੁਲ ਭਾਰਦਵਾਜ ਜੀ। ਸਰ, ਜਿਹੜਾ ਇਹ ਮਤਲਬ ਗੇਟ ਦਾ ਕੰਮ ਆ ਤੁਸੀਂ ਸ਼ੁਰੂ ਕਰਾ ਰਹੇ ਹੋ, ਇਹ ਕਿਹਦੀ ਪਰਮਿਸ਼ਨ ਨਾਲ ਸ਼ੁਰੂ ਹੋ ਰਿਹਾ ਵਾ? ਇਹ ਨੈਸ਼ਨਲ ਹਾਈਵੇ ਅਥਾਰਟੀਜ਼ ਆਫ ਇੰਡੀਆ ਵੱਲੋਂ ਕੀਤਾ ਜਾ ਰਿਹਾ ਜੀ। ਮੇਨ ਉਰੇ ਜਿਹੜਾ ਟ੍ਰੈਫਿਕ ਦਾ ਇਸ਼ੂ ਆ ਰਿਹਾ ਸੀਗਾ, ਹੁਣ ਤੱਕ ਗੱਡੀਆਂ ਨੂੰ ਟਰਨਿੰਗ ਰੇਡੀਅਸ ਨਹੀਂ ਮਿਲਦਾ ਹੈਗਾ, ਇੰਡਸਟਰੀ ਸਾਰੀ ਇੱਧਰ ਆ ਗਈ ਹੈ, ਤਾਂ ਉਹਦਾ ਹੱਲ ਕਰਨ ਲਈ ਇਸ ਚੀਜ਼ ਨੂੰ ਕੀਤਾ ਜਾ ਰਿਹਾ ਕਿ ਗੇਟ ਪਿੱਛੇ ਕਰਕੇ ਚੌੜਾ ਕਰਕੇ ਔਰ ਉੱਚਾ ਕਰਕੇ ਬਣਾਇਆ ਜਾਵੇ, ਤਾਂ ਸੋ ਦੈਟ ਉਰੇ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹਦਾ ਹੱਲ ਹੋ ਸਕੇ। ਹੋਰ ਸਰ, ਤੁਸੀਂ ਇਹ ਸੜਕ ਜਿਹੜੀ ਹੈਗੀ ਆ ਬਣੀ ਹੋਈ ਪੂਰੀ, ਇਹਦਾ ਕਿੰਨਾ ਤੁਸੀਂ ਵਧਾਈ ਕਢਾਈ ਹੈ ਜਾਂ ਕਿੰਨਾ ਉੱਚਾ ਰੱਖੋਗੇ ਗੇਟ? ਇਹ ਜਿੰਨਾ ਪਹਿਲਾਂ ਜਿੱਥੋਂ ਚੜਾਈ ਇਹਦੀ ਗਲਾਈ ਘੁੰਮਰੀ ਆ ਉਹ ਤੋਂ 10 ਫੁੱਟ ਉੱਪਰ ਜਾ ਕੇ ਘੁੰਮਣਾ ਜੀ ਇਹ। ਠੀਕ ਆ ਜੀ। ਚੜਾਈ ਤਕਰੀਬਨ 40 ਫੁੱਟ ਹੈਗੀ ਹੈ, ਜਿੰਨੀ ਸਾਡੇ ਕੋਲ ਜਗ੍ਹਾ ਮੈਕਸੀਮਮ ਅਸੀਂ ਐਕਵਾਇਰ ਕਰ ਸਕਦੇ ਸੀ ਉਹਨਾਂ ਕਰਕੇ ਨੂੰ ਕਰ ਰਹੇ ਹਾਂ। ਅਤੇ ਜਿਹੜਾ ਹੁਣ ਤੁਸੀਂ ਆਹ ਜਾਮ ਮੂਹਰੇ ਲਾਏ ਨੇ ਆਹ, ਹਾਂਜੀ, ਜੇ ਇੱਕ ਟ੍ਰੈਫਿਕ ਇੱਕ ਪਾਸਾ ਨਿਕਲ ਸਕਦੀ ਆ ਉਹਦੇ ਵਿੱਚ ਕੋਈ ਤਰਾਸ ਸੀਗਾ? ਹਾਲੇ ਤੱਕ ਅਸੀਂ ਦੇਖੋ ਗੱਡੀਆਂ ਵਾਸਤੇ ਜਗ੍ਹਾ ਛੱਡੀ ਹੋਈ ਹੈ, ਟੂ ਵੀਲਰਸ ਵਾਸਤੇ ਜਗ੍ਹਾ ਛੱਡੀ ਹੋਈ ਹੈ। ਠੀਕ ਆ ਜੀ। ਇਹ ਤੋਂ ਬਾਅਦ ਅਸੀਂ ਕੁਝ ਦਿਨਾਂ ਲਈ ਤਕਰੀਬਨ 10 ਦਿਨ ਵਾਸਤੇ ਟੋਟਲ ਟ੍ਰੈਫਿਕ ਵੀ ਸਾਨੂੰ ਬੰਦ ਕਰਨਾ ਪੈਣਾ ਸੁਰੱਖਿਆ ਦੇਖਦੇ ਹੋਏ। ਠੀਕ ਆ। ਕਿਉਂਕਿ ਉੱਪਰੋਂ ਜਦ ਕੰਮ ਚਾਲੂ ਹੋਣਾ, ਕੁਝ ਗਿਰ ਗਿਆ, ਕਿਸੇ ਦੇ ਸੱਟ ਪਰੇਡ ਨਾ ਲੱਗੇ, ਕੋਈ ਨੁਕਸਾਨ ਨਾ ਹੋਵੇ, ਤਾਂ ਉਹ ਸਾਰੀ ਚੀਜ਼ਾਂ ਧਿਆਨ ਰੱਖਦੇ। ਦੂਜੀ ਗੱਲ, ਆਪਣੇ ਕੋਲ ਡਾਇਵਰਟਿਡ ਰੂਟ ਆਲਰੇਡੀ ਅਵੇਲੇਬਲ ਹੈਗਾ। ਹਾਂਜੀ। 1 ਕਿਲੋਮੀਟਰ ਦਾ ਗੇਟ ਪੈਣਾ ਹੈ, ਬਟ ਸੇਫਟੀ ਬੰਦਿਆਂ ਦੀ ਸਾਰੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਠੀਕ ਆ ਜੀ। ਉਹਨੂੰ ਦੇਖਦੇ ਹੋਏ ਅਸੀਂ ਇਸ ਚੀਜ਼ ਨੂੰ ਕੀਤਾ ਗਿਆ। ਇਹ ਕੋਸ਼ਿਸ਼ ਹੈ ਇਹਦੀ 10 ਅਪ੍ਰੈਲ ਤੱਕ ਇਹਨੂੰ ਕੰਪਲੀਟ ਕਰ ਦਿੱਤਾ ਜਾਊਗਾ। ਸੇਮ ਡਿਜ਼ਾਈਨ ਬਣ ਰਿਹਾ ਜਿਹੜਾ ਹੈਗਾ, ਕੱਲ੍ਹ ਇਹਦੀ ਅਰਦਾਸ ਕਰਵਾ ਕੇ ਜਿਹੜਾ ਆਪਣਾ ਪੁਰਾਣਾ ਗੇਟ ਹੈਗਾ ਰੇੜੂ ਸਾਹਿਬ ਗੁਰਦੁਆਰੇ ਤੋਂ ਬਾਬਾ ਜੀ ਨੂੰ ਬੁਲਾ ਕੇ ਅਤੇ ਉਰੇ ਸਾਹਨੇਵਾਲ ਦੇ ਜਿਹੜੀਆਂ ਹਸਤੀਆਂ ਹੈਗੀਆਂ ਉਹਨਾਂ ਨੂੰ ਬੁਲਾ ਕੇ ਇਹਦੀ ਅਰਦਾਸ ਕਰਵਾ ਕੇ ਅਸੀਂ ਕੱਲ੍ਹ ਰਾਤ ਨੂੰ ਇਹਨੂੰ ਡਿਸਮੈਂਟਲ ਕਰਵਾਉਣਾ, ਸੋ ਦੈਟ ਲੋਕਾਂ ਨੂੰ ਵੀ ਕੋਈ ਇਸ਼ੂ ਨਾ ਆਵੇ, ਰਾਤ ਨੂੰ ਟ੍ਰੈਫਿਕ ਨਹੀਂ ਹੁੰਦਾ, ਪਬਲਿਕ ਨਹੀਂ ਹੁੰਦੀ, ਕਿਸੇ ਦਾ ਨੁਕਸਾਨ ਦਾ ਡਰ ਨਹੀਂ ਹੈ, ਤਾਂ ਇਹਨੂੰ ਡਿਸਮੈਂਟਲ ਕਰਵਾ ਦਾਂਗੇ। ਕਿੰਨੇ ਵਜੇ ਦਾ ਟਾਈਮ ਰੱਖਿਆ ਜੀ? ਕੱਲ੍ਹ ਰਾਤੀ 9 ਵਜੇ ਡਿਸਮੈਂਟਲਿੰਗ ਦਾ ਟਾਈਮ ਹੈ ਜੀ ਸਾਡਾ। ਰਾਤ ਦਾ ਰੱਖਿਆ? ਰਾਤ ਦਾ ਰੱਖਿਆ, ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਅਰਦਾਸ ਬੇਨਤੀ ਕਿੰਨੇ ਵਜੇ ਆ ਜੀ? ਅਰਦਾਸ ਬੇਨਤੀ ਬਾਬਾ ਜੀ ਕੋਲ ਗਏ ਹੋਏ ਆ ਬੰਦੇ, ਉਹਨਾਂ ਦਾ ਇੱਕ ਵਾਰ ਜਿਵੇਂ ਹੋਊਗਾ ਤੁਹਾਨੂੰ ਦੱਸ ਦਾਂਗੇ ਕਿੰਨੇ ਵਜੇ ਉਹਨਾਂ ਨੇ ਆਉਣਾ। ਠੀਕ ਹੈ ਸਰ, ਥੈਂਕ ਯੂ। ਹਾਂਜੀ, ਮੈਂ ਏਐਸਆਈ ਕੁਲਦੀਪ ਸਿੰਘ, ਸਿਟੀ ਟ੍ਰੈਫਿਕ ਲੁਧਿਆਣਾ ਵੱਲੋਂ ਇੱਥੇ ਤੈਨਾਤ ਹਾਂ। ਟ੍ਰੈਫਿਕ ਦੇ ਰਿਗਾਰਡਿੰਗ ਇੱਥੇ ਕੱਲ੍ਹ ਤੋਂ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਗੇਟ ਬਣਿਆ ਹੋਇਆ ਸੀ ਸਾਹਨੇਵਾਲ ਤੋਂ, ਬਹੁਤ ਪੁਰਾਣਾ ਇਤਿਹਾਸਿਕ ਗੇਟ ਸੀ, ਜੋ ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਆਪਣਾ ਮੀਟਿੰਗਾਂ ਕਰਕੇ 100-150 ਗਜ਼ ਪਿੱਛੇ ਬਣਾਉਣ ਦੀ ਵਿਚਾਰ ਕੀਤੇ ਆ, ਜੋ ਕੱਲ੍ਹ ਤੋਂ ਹੀ ਉਹ ਆਪਣਾ ਉਹਨਾਂ ਨੇ ਉਸਾਰੀ ਦਾ ਕੰਮ ਸ਼ੁਰੂ ਕਰਤਾ। ਪਰ ਇਸ ਰਿਗਾਰਡਿੰਗ ਟ੍ਰੈਫਿਕ ਦੀ ਥੋੜ੍ਹੀ ਸਮੱਸਿਆ ਆਈ ਸੀ, ਹੁਣ ਅਸੀਂ ਇਹਨਾਂ ਨੂੰ ਡਿਵਰਸ਼ਨ ਦੇ ਦਿੱਤੀ। ਜਿਸ ਬੰਦੇ ਨੇ ਡੇਲੋ ਨੂੰ ਜਾਣਾ ਹੈਗਾ ਉਹ ਆਪਣੇ ਏਅਰਪੋਰਟ ਤੋਂ ਬਾਈਪਾਸ ਨਿਕਲਿਆ ਹੋਇਆ ਉਹ ਉੱਥੇ ਦੀ ਹੋ ਕੇ ਜਾਂਦੇ ਆ, ਜਿਹੜੇ ਬੰਦੇ ਟ੍ਰੈਫਿਕ ਤੋਂ ਉੱਧਰੋਂ ਡੇਲੋ ਤੋਂ ਟ੍ਰੈਫਿਕ ਆਉਂਦੀ ਆ ਉਹ ਵੀ ਭਰੌੜ ਪੁਣੀ ਤੋਂ ਹੋ ਕੇ ਲਿਫਟ ਹੋ ਕੇ ਉਹ ਇੱਧਰ ਨੂੰ ਲੁਧਿਆਣੇ ਨੂੰ ਜਾ ਰਹੀ ਆ। ਮਾਂ ਜੀ ਇਹਦਾ 1-1.5 ਮਹੀਨਾ ਦਾ ਟਾਈਮ ਦੱਸਦੇ ਆ ਵੀ ਹਾਂ ਇੰਨਾ ਕੁ ਟਾਈਮ ਲੱਗੇ ਜਾਊ। ਟ੍ਰੈਫਿਕ ਦਾ ਪ੍ਰੋਬਲਮ ਤਾਂ ਸਮੱਸਿਆ ਹੈਗੀ ਆ ਜੀ, ਥੋੜ੍ਹੀ ਜਿਹੀ ਪਹਿਲਾਂ ਵੀ ਆ, ਪਰ ਹੁਣ ਅਸੀਂ ਆਪਣੇ ਮਸਤੀ ਨਾਲ ਮਿਹਨਤ ਕਰਕੇ ਟ੍ਰੈਫਿਕ ਜਿਹੜੀ ਰੈਗੂਲੇਟ ਕਰਵਾ ਰਹੇ ਹਾਂ। ਹਾਂਜੀ ਹਾਂ, ਨਵਾਂ ਗੇਟ ਥੋੜ੍ਹਾ ਜਿਹਾ ਪਿੱਛੇ ਜਾ ਕੇ ਹੈਗਾ, ਇਹਦੀ ਪ੍ਰੋਬਲਮ ਸੀ ਗੇਟ ਦੇ ਰਸਤੇ ਦੇ ਵਿੱਚ ਸੀਗਾ, ਜੋ ਨਵਾਂ ਗੇਟ ਬਣੂਗਾ ਉਹ ਚੌੜਾ ਵੀ ਹੋਊਗਾ, ਸਾਰਾ ਖੁੱਲ੍ਹਾ ਹੋਊਗਾ। ਜਿਹੜਾ ਪੁਰਾਣਾ ਗੇਟ ਹੈ ਇਹ ਹਟਾ ਦਿਆ ਜਾਊਗਾ, ਇਹਨੂੰ ਲੈ ਕੇ ਇਹ ਹੁਣ ਇਹ ਕਮੇਟੀ ਦੇ ਹੋਊਗਾ, ਕੀ ਕਰਨਾ ਜੀ ਇਹਦੇ ਵਿੱਚ? ਕੀ